ਕੈਮਿਸਟ ਦੀ ਦੁਕਾਨ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਕਿ 3 ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜਦੋਂ ਕੈਮਿਸਟ ਦੀ ਦੁਕਾਨ ਨੂੰ ਬੰਦ ਕਰਕੇ ਜਾਣ ਲੱਗੇ ਤਾਂ ਅਚਾਨਕ ਹੀ ਇੱਕ ਗ੍ਰਾਹਕ ਦਵਾਈ ਲੈਣ ਦੇ ਲਈ ਆਉਂਦਾ ਤੇ ਜਦੋਂ ਉਸ ਨੂੰ ਦਵਾਈ ਦੇਣ ਲੱਗਦੇ ਨੇ ਤਾਂ ਪਹਿਲਾਂ ਇੱਕ ਮੂੰਹ ਢੱਕ ਕੇ ਬਦਮਾਸ਼ ਦੁਕਾਨ ਦੇ ਉੱਤੇ ਆਉਂਦਾ ਹੈ ਤੇ ਨਾਲ ਦੀ ਨਾਲ ਹੀ ਉਸਦਾ ਦੂਸਰਾ ਸਾਥੀ ਵੀ ਮੂੰਹ ਢੱਕ ਕੇ ਦੁਕਾਨ ਦੇ ਉੱਪਰ ਆ ਕੇ ਖੜਾ ਹੋ ਜਾਂਦਾ ਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਉਹਨਾਂ ਦੇ ਵਿੱਚੋਂ ਇੱਕ ਬਦਮਾਸ਼ ਜੋ ਦੁਕਾਨ ਤੇ ਕੰਮ ਕਰਨ ਵਾਲਾ ਲੜਕਾ ਉਸ ਨੂੰ ਹਥਿਆਰ ਦਿਖਾਉਂਦਾ ਅਤੇ ਉਸ ਨੂੰ ਬੰਧਕ ਬਣਾ ਲਿਆ ਜਾਂਦਾ, ਜਦਕਿ ਦੂਸਰਾ ਬਦਮਾਸ਼ ਉਹਨਾਂ ਦੇ ਗੱਲੇ ਦੇ ਵਿੱਚ ਪਈ 10,000 ਰੁਪਏ ਦੀ ਨਕਦੀ ਮੌਕੇ ਤੋਂ ਕੱਢ ਲੈਂਦਾ। 3 ਬਦਮਾਸ਼ਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਦਕਿ ਤੀਸਰਾ ਇਹ ਦੁਕਾਨ ਦੀ ਰੇਕੀ ਕਰ ਰਿਹਾ ਸੀ ਜਦੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ, ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਦੁਕਾਨ ਦਾ ਜੋ ਕੰਮ ਕਰਨ ਵਾਲਾ ਲੜਕਾ ਉਹ ਦਵਾਈ ਦੇਣ ਲੱਗਦਾ ਹੈ ਤਾਂ ਇੱਕ ਬਦਮਾਸ਼ ਮੂੰਹ ਢੱਕ ਕੇ ਦੁਕਾਨ 'ਤੇ ਖੜਾ ਹੋ ਜਾਂਦਾ, ਜਿਸ ਤੋਂ ਬਾਅਦ ਉਸਦਾ ਦੂਸਰਾ ਸਾਥੀ ਆਉਂਦਾ ਅਤੇ ਸਾਰੀ ਹੀ ਵਾਰਦਾਤ ਨੂੰ ਇਹ ਅੰਜਾਮ ਦਿੱਤਾ ਜਾਂਦਾ। ਹਾਲਾਂਕਿ ਜਾਂਦੇ ਜਾਂਦੇ ਜੋ ਦੁਕਾਨ 'ਤੇ ਕੰਮ ਕਰਨ ਵਾਲਾ ਉਸਦੇ ਕੋਲ ਇੱਕ ਬੈਗ ਸੀ ਤਾਂ ਬਦਮਾਸ਼ਾਂ ਦੇ ਵੱਲੋਂ ਉਸ ਬੈਗ ਦੀ ਵੀ ਮੰਗ ਕੀਤੀ ਜਾਂਦੀ ਹੈ, ਪਰ ਉਹ ਜਦੋਂ ਦੇਣ ਤੋਂ ਮਨਾ ਕਰ ਦਿੰਦਾ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਉਸ ਬੈਗ ਨੂੰ ਵੀ ਲੈ ਕੇ ਮੌਕੇ ਤੋਂ ਉਹ ਫਰਾਰ ਹੋ ਗਏ ਨੇ। ਫਿਲਹਾਲ ਹੁਣ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਇੱਕ ਕੈਮਿਸਟ ਦੀ ਦੁਕਾਨ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਕਿ 3 ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜਦੋਂ ਕੈਮਿਸਟ ਦੀ ਦੁਕਾਨ ਨੂੰ ਬੰਦ ਕਰਕੇ ਜਾਣ ਲੱਗੇ ਤਾਂ ਅਚਾਨਕ ਹੀ ਇੱਕ ਗ੍ਰਾਹਕ ਦਵਾਈ ਲੈਣ ਦੇ ਲਈ ਆਉਂਦਾ ਤੇ ਜਦੋਂ ਉਸ ਨੂੰ ਦਵਾਈ ਦੇਣ ਲੱਗਦੇ ਨੇ ਤਾਂ ਪਹਿਲਾਂ ਇੱਕ ਮੂੰਹ ਢੱਕ ਕੇ ਬਦਮਾਸ਼ ਦੁਕਾਨ ਦੇ ਉੱਤੇ ਆਉਂਦਾ ਤੇ ਨਾਲ ਦੀ ਨਾਲ ਹੀ ਉਸਦਾ ਦੂਸਰਾ ਸਾਥੀ ਵੀ ਮੂੰਹ ਢੱਕ ਕੇ ਦੁਕਾਨ ਦੇ ਉੱਪਰ ਆ ਕੇ ਖੜਾ ਹੋ ਜਾਂਦਾ ਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਉਹਨਾਂ ਦੇ ਵਿੱਚੋਂ ਇੱਕ ਬਦਮਾਸ਼ ਜੋ ਦੁਕਾਨ 'ਤੇ ਕੰਮ ਕਰਨ ਵਾਲਾ ਲੜਕਾ ਉਸ ਨੂੰ ਹਥਿਆਰ ਦਿਖਾਉਂਦਾ ਅਤੇ ਉਸ ਨੂੰ ਬੰਧਕ ਬਣਾ ਲਿਆ ਜਾਂਦਾ, ਜਦਕਿ ਦੂਸਰਾ ਬਦਮਾਸ਼ ਉਹਨਾਂ ਦੇ ਗੱਲੇ ਦੇ ਵਿੱਚ ਪਈ 10,000 ਰੁਪਏ ਦੀ ਨਕਦੀ ਮੌਕੇ ਤੋਂ ਕੱਢ ਲੈਂਦਾ। 3 ਬਦਮਾਸ਼ਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਦਕਿ ਤੀਸਰਾ ਇਹ ਦੁਕਾਨ ਦੀ ਰੇਕੀ ਕਰ ਰਿਹਾ ਸੀ ਜਦੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ, ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਦੁਕਾਨ ਦਾ ਜੋ ਕੰਮ ਕਰਨ ਵਾਲਾ ਲੜਕਾ ਉਹ ਦਵਾਈ ਦੇਣ ਲੱਗਦਾ ਤਾਂ ਇੱਕ ਬਦਮਾਸ਼ ਮੂੰਹ ਢੱਕ ਕੇ ਦੁਕਾਨ 'ਤੇ ਖੜਾ ਹੋ ਜਾਂਦਾ, ਜਿਸ ਤੋਂ ਬਾਅਦ ਉਸਦਾ ਦੂਸਰਾ ਸਾਥੀ ਆਉਂਦਾ ਅਤੇ ਸਾਰੀ ਹੀ ਵਾਰਦਾਤ ਨੂੰ ਇਹ ਅੰਜਾਮ ਦਿੱਤਾ ਜਾਂਦਾ। ਹਾਲਾਂਕਿ ਜਾਂਦੇ ਜਾਂਦੇ ਜੋ ਦੁਕਾਨ 'ਤੇ ਕੰਮ ਕਰਨ ਵਾਲਾ ਉਸਦੇ ਕੋਲ ਇੱਕ ਬੈਗ ਸੀ ਤਾਂ ਬਦਮਾਸ਼ਾਂ ਦੇ ਵੱਲੋਂ ਉਸ ਬੈਗ ਦੀ ਵੀ ਮੰਗ ਕੀਤੀ ਜਾਂਦੀ ਹੈ, ਪਰ ਉਹ ਜਦੋਂ ਦੇਣ ਤੋਂ ਮਨਾ ਕਰ ਦਿੰਦਾ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਉਸ ਬੈਗ ਨੂੰ ਵੀ ਲੈ ਕੇ ਮੌਕੇ ਤੋਂ ਉਹ ਫਰਾਰ ਹੋ ਗਏ ਨੇ। ਫਿਲਹਾਲ ਹੁਣ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ।